ਬੀਤੇ ਦਿਨੀ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਫੇਕ ਡਿਗਰੀ ਦੇ ਮਾਮਲੇ ਕਾਰਨ ਕਾਫੀ ਚਰਚਾ ਵਿੱਚ ਰਹੀ ਕਿਉਂਕਿ ਇਸੇ ਡਿਗਰੀ ਨੂੰ ਆਧਾਰ ਮੰਨ ਕੇ ਹੀ ਪੰਜਾਬ ਸਰਕਾਰ ਵੱਲੋਂ ਹਰਮਨਪ੍ਰੀਤ ਨੂੰ DSP ਦਾ ਅਹੁਦਾ ਦਿੱਤਾ ਗਿਆ ਸੀ। ਪੜਤਾਲ ਦੇ ਦੌਰਾਨ ਡਿਗਰੀ ਜਾਅਲੀ ਸਾਬਤ ਹੋਣ ਕਾਰਨ ਉਸ ਦਾ ਅਹੁਦਾ ਵਾਪਸ ਲੈਣ ਦੀਆਂ ਖਬਰਾਂ ਸਨ, ਪਰ ਤਾਜ਼ਾ ਖਬਰਾਂ ਅਨੁਸਾਰ ਹਰਮਨਪ੍ਰੀਤ ਤੋਂ ਉਸ ਦਾ ਅਹੁਦਾ ਖੋਇਆ ਨਹੀਂ ਜਾਵੇਗਾ। ਫਿਲਹਾਲ ਹਰਮਨਪ੍ਰੀਤ ਆਨਰੇਰੀ DSP ਵਜੋਂ ਰਹੇਗੀ। ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਹੋ ਜਾਣ ਦੇ ਉਪਰੰਤ ਹੀ ਉਸ ਨੂੰ ਨਿਯਮਤ DSP ਦਾ ਅਹੁਦਾ ਦੇ ਦਿੱਤਾ ਜਾਵੇਗਾ। ਇਸ ਬਾਰੇ PAP ਦੀ 80 ਬਟਾਲੀਅਨ ਦੇ ਕਮਾਂਡੈਂਟ ਨੇ ਅਹਿਮ ਬਿਆਨ ਦਿੱਤਾ ਹੈ। ਹਰਮਨਪ੍ਰੀਤ ਕੌਰ ਸਾਡੇ ਕੋਲ 80 ਬਟਾਲੀਅਨ ਦੇ ਵਿੱਚ ਐਜ਼ ਏ DSP ਜੁਆਇਨ ਕੀਆ ਥਾ ਔਰ ਜੁਆਇਨ ਕਰਨੇ ਕੇ ਬਾਅਦ ਉਸਕੇ ਬਾਅਦ ਉਸਕੇ ਜੋ ਐਜੂਕੇਸ਼ਨ ਡਾਕੂਮੈਂਟ ਥੇ ਵੋ ਜੋ ਮੈਟ੍ਰਿਕ ਔਰ ਪਲੱਸ ਟੂ ਕੇ ਥੇ ਉਹ ਐਜੂਕੇਸ਼ਨ ਬੋਰਡ ਸੇ ਵੋ ਠੀਕ ਪਾਏ ਗਏ ਔਰ ਜੋ ਉਸਕਾ ਸਰਟੀਫਿਕੇਟ ਗ੍ਰੈਜੂਏਸ਼ਨ ਕਾ ਥਾ ਉਸਕੋ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਸੇ ਵੋ ਵੇਰੀਫਾਈ ਕੀਆ ਗਿਆ ਉਹ ਉਨਕੇ ਯੂਨੀਵਰਸਿਟੀ ਸੇ ਮੇਲ ਨਹੀਂ ਖਾ ਪਾ ਰਹਾ ਥਾ ਉਸਕੀ ਰਿਪੋਰਟ ਮੈਨੇ ਉੱਪਰ ਜਿਹੜੀ ਪ੍ਰੋਪਰ ਚੈਨਲ ਉਹ ਦੇ ਦੀ। ਪਹਿਲੇ ਰੇਲਵੇ ਨੇ ਵੀ ਇਸ ਨੇ ਸਰਵਿਸ ਕੀ ਹੈ, ਰੇਲਵੇ ਨੇ ਪਤਾ ਨਹੀਂ ਕਿਉਂ ਨਹੀਂ ਵੇਰੀਫਿਕੇਸ਼ਨ ਕਰਵਾਈ, ਕਰਵਾਉਣੀ ਚਾਹੀਏ ਥੀ, ਇਹ ਬਹੁਤ ਜ਼ਰੂਰੀ ਥਾ ਵੀ ਉਹ ਉਸਕੀ ਵੇਰੀਫਿਕੇਸ਼ਨ ਕਰਵਾਈ।